ਨਾਜ਼ਰੀਨ ਸਿੱਧੀ ਲਕੀਰ ਵੀ ਤੁਸੀਂ ਕਿ ਮੈਂ ﺍﻟताफ हुसैन ਜੰਜੂਆ ਜੀ ਆਇਆਂ ਆ ਨਾਜ਼ਰੀਨ ਅੱਜ ਅਸ ਜਮੂਨ ਨੇ ਪੁਰਾਣੇ ਸ਼ਹਿਰ ਦਿਲਪਤੀਆ ਮੱਲਾ ਵਿੱਚ ਇੱਕ ਵਿਚੋ ਵਿਚ ਗਲੀ ਨੇ ਵਿੱਚ ਲੋੜਨੇ ਲੋੜਨੇ ਇੱਕ ਐਸੀ ਤਾਰੀਖ ਸਾਜ਼ ਸ਼ਖਸੀਅਤ ਨਾਲ ਮੁਲਾਕਾਤ ਕਰਨੇ ਵਾਸਤੇ ਆਇਆ ਨਾਜ਼ਰੀਨ ਜਿਮੂਸ਼ੀ 1947 ਨਹੀਂ ਆਇਨ ਸਾਜ਼ ਅਸੈਂਬਲੀ ਜਿਹੜੀ ਕੰਸਟੀਟਿਊਟ ਅਸੈਂਬਲੀ ਬਣੀ ਸੀ ਉਸ ਨੇ ਐਮ ਐਲ اے ਜਨਾਬ ਕ੍ਰਿਸ਼ਨਦੇਵ ਸੇਠੀ ਸਾਹਿਬ ਉਹਨਾਂ ਨਾਲ ਕੁਝ ਗੱਲਾਂ ਸਾਂਝੀਆਂ ਕਰਾਂ ਉਹਨਾਂ ਨਾਲ ਮਿਲਾਂ ਹੀ ਆਪਸ ਆਪਣੇ ਆਪ ਵਿੱਚ ਇੱਕ ਤਾਰੀਖ ਹੈ तो चलो नाजरीन आओ हैं उन्होंने कार और मुलाकात करने इसने ना, इस शख्सियत नीत शख्सियत है जो मुलाकात करा कमरा है जितें कोई भी बड़ी सियासी शख्सियत है उसने मुलाकात करना उस है मरहूम मुफ्ती सैयद अक्सर को जितनी भी सियासी शख्सियतो ਇਹ ਸਵੇਰੇ ਡੇਲੀ ਕੰਮ ਕਿੰਮ 10 ਤੋਂ 15 ਵਾਰ ਜਿਹੜੇ ਪੂਰੇ ਚੱਕਰ ਨੇ ਇਹਨਾਂ ਕੋਲ ਤੁਸ ਪੂਰੀ ਦੁਨੀਆ ਦੇ ਕਿਸੇ ਮੁਲਕ ਨੇ ਬਾਰੇ ਨੇ ਵਿੱਚ ਸਿਆਸਤ ਨੇ ਬਾਰੇ ਪੁੱਛੋ ਹਿੰਦੁਸਤਾਨ ਵਰਨੀ ਸਿਆਸਤ ਨੇ ਬਾਰੇ ਪੁੱਛੋ ਜਾਂ ਜੰਮੂ ਕਸ਼ਮੀਰ ਦੀ ਪੂਰੀ ਸਿਆਸਤ ਨੇ ਬਾਰੇ ਵਿੱਚ ਪੁੱਛੋ ਨਾਜ਼ਰੀਨ ਇਹ ਉਹ ਸ਼ਖਸੀਅਤਾਂ ਜਿਨ੍ਹਾਂ ਨੇ ਮੈਂ ਤੁਸਾਂ ਨਾਲ ਬਾਤ ਗੱਲ ਕਰ ਰਹੇ ਹਾਂ ਸਿਆਂ ਤੇ ਆਓ ਇਹਨਾਂ ਨਾਲ ਆ ਸਵਾਲੋ ਜਵਾਬ ਦਾ سلسلہ ਸ਼ੁਰੂ ਕਰਨੇ ਆ ਨਾਜ਼ਰੀਨ ਇਹ ਥੋੜੇ ਸੁਣਨੇ ਕਾਟਣ ਇਸ ਵਸਤੇ ਆਸਾਂ ਇਹਨਾਂ ਦੀ ਸਹੂਲਤ ਵਸਤੇ ਕੋਸ਼ਿਸ਼ ਕੀਤੀ ਹੈ कि सवाल वो लिखी फिर वो इन्हें दस ताकि इन्होंने जवाब दे सकन जी कृष्णदेव सेठी सर तुसों बड़ा खैर मकदम है ये तुम अपने बचपन बच, बच, हाँ, बच तालीम ने बारे दस देखिए मेरी पैदायश जड़ी है जी मीरपुर इस वक्त पाकिस्तान ने जैर कब्जा ठीक मीरपुर ई तौर पर ए पठुरी लैंग्वेज जारी है नालों मिलना ये इलाका बड़ा पसमांदा और बड़े जुलमर तशद्देज तो दबे हुआ सी अच्छा। क्योंकि एक ये पहले एक जमाने में से बड़ा रिच कल्चर एरिया रहा है अच्छा। मतलब है पोरस ਔਰ ਸਕੰਦਰ ਨੇ ਲੜਾਈ ਜੜੀ ਹੈ ਅੱਛਾ ਇਸੇ ਏਰੀਆ ਵਿੱਚ ਹੋਈ ਹੈ ਠੀਕ ਔਰ ਤਾਰੀਖੀ ਤੌਰ ਪਰ ਜਾਇ ਵੀ ਸ਼ਾਤਾ ਉਥਾ ਮੌਜੂਦ ਨੇ ਇਸ ਗੱਲ ਨਹੀਂ ਆ ਲੰਮੀ ਤਾਰੀਖੀ ਤੌਰ ਪਰ ਬੜਾ ਆਇਆ ਹੈ ਲੇਕਿਨ ਇਸ 20ਵੀਂ ਸਦੀ ਵਿੱਚ ਇਹ ਜਿਹੜਾ ਆ ਇੱਥੇ ਕਬਜ਼ਾ ਇੱਥੇ ਮਹਾਰਾਜਾ ਗੁਲਾਬ ਸਿੰਘ ਨੇ ਕਰ ਲਿਆ ਠੀਕ ਮਹਾਰਾਜਾ ਗੁਲਾਬ ਸਿੰਘ ਨੇ ਕਬਜ਼ਾ ਜਿਸ ਦਾ ਕੀਤਾ और उसमें नाल इत जम्मू का गुलाम हो गया मतलब मैं जरा ना राजा सी राजा सुल्तान हान उसकी पकड़ के इत आए इत पहले इत बहू बच्च नज़रबंद अच्छा। फिर बाद उसकी लै गए उपर उपर उस, उस, ब, ਕਹ ਉਸ ਜਗ੍ਹਾ ਨਾ ਹੈ ਜਿਬਾਰਾ ਲੋਕ ਕਹਿੰਦਾ ਉਹ ਤਾਂ ਉਸਕੇ ਲੈਵ ਜਾ ਕੇ ਗਾੜੀ ਛੋੜੀਆਂ ਔਰ ਮਰਾ ਮਦਰਬਾ ਇਸ ਵਾਸਤੇ ਡੋਗਰਾ ਰਾਜ ਦੇ ਖਿਲਾਫ ਇਸ ਇਲਾਕੇ ਵਿੱਚ ਬੜੀ ਰਿਜ਼ੈਂਟਮੈਂਟ ਸੀ ਔਰ ਲੋਕਾਂ ਨੇ ਬੜੀ ਮਜ਼ਾਮਤ ਰੱਖੀ ਹੈ ਕਾਇਮ ਦੁਆ ਇਸ ਇਸ ਡੋਗਰਾ ਰਾਜ ਦੇ ਅੰਦਰ ਉਥੇ ਰੈਪ੍ਰੈਸ਼ਨ ਬਣਾ ਸੀ ਅੱਛਾ ਇੱਕ ਦਾ ਜਿਹੜਾ ਇੱਥੇ ਨਹੀਂ ਬੈਰੋਕਰੇਸੀ ਸੀ ਉਹ ਉੱਥੇ ਜਾ ਕੇ ਆਕਮ ਬਣ ਗਈ ਅੱਛਾ ਉਸ ਦਾ ਉਸ ਉਸ ਨੇ ਉੱਥੇ ਮਤਲਬ ਹੈ ਕਾਰ ਬਗਾਰ ਇਹ ਲਾਈਨ ਸ਼ੁਰੂ ਕੀਤੀ ਜਿਸ ਦੇ ਕਾਰ ਬਗਾਰ ਨਾ ਮਤਲਬ ਹੈ ਕਿ ਬਗੈਰ ਪੈਸਾ ਦਿੱਤੇ ਨੇ ਲੋਕਾਂ ਦੇ ਕੰਮ ਕਰ ਲੈਣਾ ਸ਼ਾਹੂਕਾਰਾ ਸਿਸਟਮ ਦਾ ਫਾਇਦਾ ਥੋੜਾ ਥੋੜਾ ਪੈਸੇ ਦੇ ਕੇ ਸ਼ੌਕਾਰਾਨੇ ਲੋਕਾਂ ਦੀ ਜ਼ਮੀਨਾਂ ਵੀ ਖਰੀਦ ਲਈਆਂ ਹੋ। ਖਰੀਦ ਲਈਆਂ। ਔਰ ਲੈਂਡਲਾਰਿਜ਼ਮ ਅਥੀ ਮਕਾਮੀ ਲੋਕ ਵੀ ਜਿਨ੍ਹਾਂ ਨੇ ਇਸ ਰਾਜ ਨਾਲ ਸਾਥ ਦਿੱਤਾ ਉਹਨਾਂ ਕੇ ਜ਼ਮੀਨਾਂ ਦੇ ਮਾਲਕ ਬਣਾ ਦਿੱਤਾ। ਰਿਪਰੈਸ਼ਨ ਬਣਾ ਦੀ। ਔਰ ਇੱਕ ਤਰ੍ਹਾਂ ਨਾਲ ਇੱਥੇ ਔਰ ਲੋਕ ਇਸ ਰਾਜ ਨਾਲ ਖਿਲਾਫ ਜਦੋਜਾਦ ਕਰਨੇ ਸਨ। ਠੀਕ। ਇੱਥੇ ਸਭ ਤੋਂ ਪਹਿਲੇ ਮਤਲਬ ਹੈ ਜਿਹੜੇ ਜੈ ਜਿਤਮਾਈ ਮਜ਼ਾਮਤ ਹੋਈ ਉਹ 1931 ਵਿੱਚ ਹੋਈ ਜਿਸ ਵਕਤ ਇਹ ਤਾਜੀਟੇਸ਼ਨ ਸ਼ੁਰੂ ਹੋਈ ਹੈ ਕਸ਼ਮੀਰ ਵਿੱਚ ਵੀ ਇਹ ਲੋਕ ਲੋਕ ਲਾਜ ਨੇ ਖਿਲਾਫ ਉਹ ਸਾਰਾ ਕਹਿ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਆ ਉਹ ਮਜਲ ਸਹਿਰਾਰ ਜਿਸ ਨੇ ਲੀਡਰ ਸੈਦ ਅਤਾਉਲਾ ਸ਼ਾ ਬਖਾਰੀ ਆਗਾ ਸ਼ੌਰਸ਼ ਕਸ਼ਮੀਰੀ ਜੀ ਮਾਰਾ ਮਦਲਬਾ ਮਜ਼ਰ ਅਲੀ ਅਜ਼ਰ اور اور اهل درد ملا مطلب ہے اسن ਜਿਨ੍ਹਾਂ ਨੇ ਰਾ ਨਮਾਈ ਕੀਤੀ ٹھیک ਉਥਾ λε하다 ਜੇਸੂਆ ਦਾ ਬਰ ਬਾਦ ਦਾ ਨੈਸ਼ਨਲ ਕਾਨਫਰੰਸ ਬਣੀ ਤਾਂ ਤਾਂ ਵੀ ਲੋਕਾਂ ਨੇ ਆਇਓ ਜਮਾਈ ਜਦੋ ਜਾਇਦ ਵਿੱਚ ਇਹ ਸਾਲਿਆ ਉਥਾ ਨਾ ਕਿਸਾਨਾਂ ਨੇ ਰਿਪਰੈਸ਼ਨ ਤੱਕ ਆਪੂੰ ਪੜਨਾ ਹੀ ਸੀ ਉਥਾ ਹੀ ਮੇਰੀ تعلیم ਵੀ ਮੈਂ ਮੇਰੇ ਪਰ ਹਾਈ ਸਕੂਲ ਵਿੱਚ ਦਾਖਲ ਹੋਇਆ ਠੀਕ ਆ ਉਹ ਤੋਂ ਇੰਟਰਮੀਡੀਏਟ ਵੀ ਕਾਲਜ ਵਿੱਚ ਕੀਤਾ ਆ ਲੈਕਨ ਮੈਂ 8ਵੀਂ ਪੜਨਾ ਸੀ ਅੱਛਾ ਤੇ ਜਿਹੜਾ ਉਥੇ ਰਿਪਰੇਸ਼ਨ ਸੀ ਅੱਛਾ ਉਸ ਨੇ ਵਿੱਚ ਬੜਾ ਮੇਰੇ ਪਰ ਅਸਰ ਹੋਇਆ ਠੀਕ ਔਰ ਖਸੂਸੀ ਤੌਰ ਪਰ ਸਾਰੇ ਘਰ ਆ ਲੈ ਜਿਹੜੇ ਨੇ ਰਿਸ਼ਤੇਦਾਰ ਵਗੈਰਾ ਉਹ ਸਾਰੇ ਸ਼ੋਦ ਸੁਧਖਾਰ ਲੈਣਾ ਔਰ ਲੈਣਾ ਲੜਨਾ ਉਮੀਦ ਸੁਣਾ ਵਿੱਚ ਮਾਰਾ ਮਤਲਬ ਲੰਮਾ ਕੇ ਸਾ ਲੇਕਨ ਕਾਰਬਾਰ ਛੋੜ ਦਦਾ ਮਤਲਬ ਤਾਂ ਮੈਂ ਪਾਰਟੀ ਦਾ 올 ਟਾਈਮਰ ਬਣ ਗਿਆ ਠੀਕ ਕੁੱਲ ਵਕਤੀਕਾਰ ਕੁੰਦ ਮਤਲਬ ਉਹ ਸੇਵ ਜਗਾ ਮਾਰਾ ਮਤਲਬ ਪੜਾਈ ਛੜਾਈ ਨਾ ਜਿਸ ਤੱਕ ਸਿਲਸਿਲਾ ਪ੍ਰਾਈਵੇਟਲੀ ਜਰ ਜਗਾਦ ਹੋਇਆ ਗਿਆ ਹੋਇਆ ਤਾਂ ਮਤਲਬ ਜਿਤਨਾ ਵੀ ਪੜਾਈ ਲਾਈ ਨਾ ਕੰਮ ਕਿਤਾਬ ਮਤਲਬ ਮੁਮਨ ਸ਼ਿਫਾਜ਼ ਤੱਕ ਕਵਤਾਲੀ ਮਾਸਲ ਕੀਤੀ ਠੀਕ ਔਰ ਮੈਂ ਮੈਂ ਇਹਨ ਪਰਸ਼ਨ ਕੀਤਾ ਉਹ ਸਾਰਾ ਜੈਲ ਵਿੱਚ ਦਾ ਇਧਰ ਉਧਰ ਪ੍ਰਾਈਮ ਕਰ ਦਿੱਤਾ ਕਰਨ ਨਾਲ ਕੋਈ ਦੱਦਕ ਨਹੀਂ ਰਿਹਾ ਉਸ ਨੇ ਵਿੱਚ ਕਈ ਵਾਰੀ ਕੈਦ ਹੋਏ ਕੈਦ ਹੋਏ ਮਤਲਬ ਹੈ ਕਹਿ ਰਹੇ ਹਾਂ ਜੈ ਡਿਸ਼ਨਾਂ ਕੀਤੀਆਂ ਲੇਕਿਨ ਸਭ ਤੋਂ ਵੱਡੇ ਜੜੀ ਕੀ ਹੋਈ ਜੈ ਡਿਸ਼ਨ ਉਹ ਕੁਟ ਕਸ਼ਮੀਰ ਦੀ ਤਾਰੀਖ ਸੀ ਜਰੀ 1947 ਵਿੱਚ ਅੱਛਾ شیخ ਅਬਦੁੱਲਾ ਨੇ ਕਿਰੋਕੀ ਦੀ ਉਸ ਨਵੇਂ ਸੀ 3 ਸਾਲ ਕੈਦਵਾ ਮੁਸ਼ਕਲ ਤੋਂ ਨਾ ਪਹਿਲੇ ਸਜ਼ਾ ਅ ਨਦੀ ਉਸ ਨਵੇਂ ਤਾਂ ਉਹਨੇ ਸੋ ਸੰਦਾਲੀ ਵਿੱਚ ਮਤਲਬ ਜਿਸ ਵਕਤ ਤਬਦੀਲੀ ਆਈ ਇਹਨ ਦੋਸਤਾਂ ਅੰਥੀ ਅੰਗਰੇਜ਼ ਗਿਆ ਤਾਂ ਉਸ ਤੋਂ ਬਾਅਦ ਰਿਹਾਈਆਂ ਹੋਈਆਂ ਦੋਸਤਾਂ ਵਿੱਚ ਰਹਾ ਠੀਕ ਹਾਂ ਠੀਕ ਇਹ ਅੱਛਾ ਉਹਨੇ ਤੁਸ ਦੱਸੋ ਕਾਰ ਤੁਸੀਂ ਕੀਆ ਛੋੜਿਆ ਸਾ ਇਸ ਹੈ ਇਹ ਜਿਹੜੇ ਸਨ ਮੈਂ ਜਿਵੇਂ ਜੇਲਾ ਮੈਂ ਆਜਾ ਆਸਾਂ ਲੋਕਾਂ ਨੂੰ ਮਨਜ਼ਮ ਕਰਨਾ ਸ਼ੁਰੂ ਕੀਤਾ ਤਾਂ ਉਸ ਵਕਤ ਕਾਰ ਚੋੜ ਦਿੱਤਾ ਠੀਕ 올ਟਾਈਮਰ ਮਤਲਬ ਕਿ ਉਹ ਵਕਤੇ ਰੈਵਲੂਸ਼ਨਰੀ ਜਿਸ ਕਿ ਨਿਆ ਆਪਣਾ ਗਨਗਲਾਬੀ ਉਹ ਬਣੀ ਠੀਕ ਔਰ ਅੱਜ ਤੱਕ ਉਸੇ ਰਸਤੇ ਪਰ ਕੋਈ ਵਕਤੇ ਕਾਰਕੁਨੀਆਂ ਕੋਈ ਹੋਰ ਜ਼ਿੰਦਗੀ ਦੇ ਕੰਮ ਨਹੀਂ ਕੀਤਾ ਠੀਕ ਠੀਕ ਅੱਛਾ ਇਹ ਸਿਆਸਤ ਵਿੱਚ ਆਨ ਐਨੀ ਵਜ੍ਹਾ ਕਹਿ ਰਹੀ ਵਜ੍ਹਾ ਉਸਨੇ ਮੈਂ ਤੁਹਾਨੂੰ ਮੈਂ ਦੱਸ ਚੋੜੀ ਵਜਾ ਉਸ ਨਹੀਂ ਉਗਾਈ ਸੀ ਕਿ ਜਿਹੜਾ ਲੋਕਾਂ ਪਰ ਪੁੱਠਾ ਨਾ ਕਿਸਾਨਾਂ ਪਰ ਦੇ ਪਰੇਸ਼ਨ ਸੀ ਜਿਹੜਾ ਇੱਥੇ ਨਹੀਂ ਡੋਗਰਾ ਬੈਰੋਕਰੇਸੀ ਨਾਲ ਦੇ ਪਰੇਸ਼ਨ ਸੀ ਉਹ ਸ਼ੌਕਾਰਾ ਨਿਜ਼ਾਮ ਨੇ ਖਰਾਬ ਜਿਹੜੇ ਲੋਕਾਂ ਨੇ ਜਦੋਂ ਜਾਇਦ ਸੀ ਜਿਹੜਾ ਜ਼ੁਲਮ ਦੁਸ਼ਦਦ ਸੀ ਉਸ ਨੇ ਖਿਲਾਫ ਲੜਾਈ ਸੀ ਔਰ ਉਸ ਲੜਾਈ ਵਿੱਚ ਸ਼ਾਮਲ ਹੋਣੇ ਮਜਾ ਬਾਲਨ ਦੇ ਖਿਲਾਫ ਅੱਛਾ ਇਹ ਕਦੋਂ ਤੁਸੀਂ ਐਮਐਲਏ ਬਣੇ ਹੋ एमएलए ਦਾ ਬੰਨ ਨੂੰ ਨਹੀਂ ਸਵਾਰ ਕੁਮਾਂਡਾ ਜਿਸ ਦਾ ਤਕਸੀਮ ਦੀ ਤਕਸੀਮ ਦੀ ਬਾਦ ਜਿਸ ਵਲਾ ਕਨਸਟਿਚੁਟ ਅਸੈਂਬਲੀ ਬਣੀ ਹੈ ਜੈਲ ਤੇ ਰਿਹਾਈਆਂ ਦੀ ਬਾਦ ਰਿਹਾਈਆਂ ਹੋਈਆਂ 1947 ਚ ਰਿਹਾਈਆਂ ਆਈਆਂ ਹੁੰ ਰਹੀਆਂ ਫੈਰ ਉਸਦੀ ਬਾਦ ਨੈਸ਼ਨਲ ਕਾਨਫਰੰਸ ਨੇ ਇਥੇ ਅਰਜੀ acomoda puri ਗਵਰਨਮੈਂਟ ਬਣ ਗਈ ਠੀਕ ਅਨੇਕ ਉਸਦੇ ਬਾਦ ਮਦਰਾਬ ਅਸੈਂਬਲੀ ਨੇ ਇਲੈਕਸ਼ਨ ਹੋਏ ਅੱਛਾ ਪਹਿਲੀ ਅਸੈਂਬਲੀ ਨੇ ਕੰਨ ਜੜੀ ਆਈ ਨੀ ਅਸੈਂਬਲੀ ਸੀ ਠੀਕ ਉਸ ਨਾਲ ਵਿੱਚ ਮਰਾ ਮਦਰਾਬ 1951 ਮਰਾ ਮਦਰਾਬ ਨਾਮ ਕੋਰਣ ਠੀਕ ਉਸਦੀ ਬਾਦ ਕਦ ਤੱਕ ਰਹੇ ਹੋ ਹਾਂ ਕਦ ਤੱਕ ਰਹੇ ਹੋ ਉਸਦੀ ਬਾਦ ਸਿਆਸਤ ਛੋੜੀ ਕੀਆ ਹਾਂ ਐਕਟਿਵ ਐਕਟਿਵ ਸਿਆਸਤ ਤੁਸੀਂ ਛੋੜੀ ਕੀਆ ਸਿਆਸਤ ਕੀਆ ਛੋੜੀ ਨਹੀਂ ਵਦਾ ਜੀ ਹੁਣ ਵੀ ਸਿਆਸਤ ਵਿੱਚ ਆ ਲੇਕਨ ਆ ਸਮਝਣਿਆ ਕਿ ਪਾਰਲੀਮੈਂਟਰੀ ਪਾਲਟਿਕਸ ਜੜਾਇਆ ਕਿਸ ਨਾਲ ਲੋਕਾਂ ਨਾਲ ਪਤਾ ਨਹੀਂ ਹੋ ਸਕਣਾ ਲੋਕਾਂ ਨਹੀਂ ਜਦੋਂ ਜੈਦਾ ਨਾਲ ਰੈਵਲੂਸ਼ਨ ਨਾਲੇ ਭਲਾਉ ਸਕਣਾ ਹੈ ਰੈਵਲੂশনারੀ ਪੋਲਟਿਕਸ ਹੈ ਮੈਂ ਪੋਲਟਿਕਸ ਵਿੱਚ ਆਇਆ ਲੇਕਿਨ ਪਾਰਲੀਮੈਂਟਰੀ ਸਿਆਸਤ ਜੜੀ ਆ ਛੋੜ ਦਿੱਤੀ 1900 ਸਟਾਰਟ ਅੱਛਾ ਸਟਾਰਟ ਵਿੱਚ ਪਾਰਲੀਮੈਂਟਰੀ ਸਿਆਸਤ ਠੀਕ 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 ਅੱਛਾ ਅੱਗੇ ਸਿਟੀ ਸਭ ਤੁਸੀਂ ਦੱਸੋ ਕਿ ਅੱਜ ਤੱਕ ਤੁਸੀਂ ਕਿੰਨੀਆਂ ਕਿਤਾਬਾਂ ਵਗੈਰਾ ਜਿਹੜੀਆਂ ਲਿਖੀਆਂ ਕਿਤਾਬਾਂ ਮਤਲਬ ਹੈ ਮੁxtਲਫਨ ਇੱਕ ਤਾਂ ਮੈਂ ਆਪਣੇ ਲਈ ਲਿਖੀ ਹੈ ਕੀ ਨਾਮ ਮਤਲਬ ਹੈ ਅ ਯਾਦ ਰਫਤਾ ਆਪਣੇ ਕਿਤਾਬ ਲਿਖੀ ਹੈ ਅੱਛਾ ਬਾਕੀ ਮੁxtਲਫ ਆਰਟੀਕਲ ਜੜਨ ਉਹ ਜਮਾ ਕਰਕੇ ਮਤਲਬ ਮੁੰਤਖਬਾ ਮਜ਼ਾਮੀਨ ਦੀ ਸ਼ਕਲ ਵਿੱਚ ਆਪਣਾ ਮੁxtਲਫ ਮਤਲਬ ਹੈ ਛਾਪੇ ਮਤਲਬ ਠੀਕ ਅੱਛਾ ਇੱਕ ਇਹ ਦੱਸੋ ਕਿ ਕੜਾ ਅਖਬਾਰ ਕੜਾ ਜਿਹੜਾ ਚਲਾਉਣੇ ਹੋ ਤੁਸੀਂ ਔਰ ਕਦੋਂ ਥੀ ਮਤਲਬ ਹੈ ਇਸ ਵਾਲਾ ਅਸ ਅਖਬਾਰ ਹੈ ਜਦੋਂ ਜਦ ਸ਼ੁਰੂ ਕੀਤੀ ਹੈ ਉਰਦੂ ਚ ਹੈ ਅੱਛਾ ਮਾਰਾ ਮਤਲਬ ਹੈ ਤਾਂ ਅਖਬਾਰ ਨਾਲ ਰਿਸ਼ਤਾ ਪੁਰਾਣਾ ਰਿਹਾ ਸੱਚ ਅਖਬਾਰ ਨਾਲ ਤਾਂ ਅਲੱਗ ਰਿਹਾ ਫਿਰ ਪਰ ਜੰਮੂ ਸੰਦੇਸ਼ ਫਿਰ ਲੋਕ ਸੰਦੇਸ਼ ਅੱਛਾ ਫਿਰ ਮਾਰਾ ਮਦਰਬਾਈ ਨਾਲ ਅਖਬਾਰਾਂ ਸਾਰੀਆਂ ਨਾਲ ਰਿਹਾ ਤਾਂ ਅਲੱਗ ਲੈ ਕੇ ਨੇ ਹੁਣ ਅੱਜ ਕੱਲ ਜੜੀ ਐ ਇਹ ਜਦਵਜਾਹ ਦੇ ਖਮਾਰ ਅੱਛਾ ਅੱਛਾ ਇਹ ਤੁਸੀਂ ਦੱਸੋ ਪੀਓਕੇ ਨੇ ਵੀ ਜਿਹੜੇ ਤੁਸੀਂ ਨੇ ਬਚਪਨ ਨੇ ਚੰਨ ਦੋਸਤਨ ਔਰ ਬਚਪਨੀਆਂ ਚੰਗੀਆਂ ਜਿਹਾ ਆਸ ਮਤਲਬ ਹੈ ਪੋਲਿਟਿਕਸ ਵਿੱਚ ਸ਼ਾਮਲ ਹੋ ਜਾਣ ਜਦਵਜਾਹ ਦੇ ਵਿੱਚ ਇਸ ਵਾਸਤੇ ਦੋਸਤੀ ਵੀ ਜੜੀ ਆ ਪੋਲਿਟਿਕਲ ਵਰਕ ਕਰਦੇ ਦੱਸ ਰਹੀ ਉਹ ਸੁਣਨਾ ਜ ਮੈਨਲੀ ਪੋਲਿਟਿਕਸ ਵਿੱਚ ਜਿਹੜਾ ਨੈਸ਼ਨਲ ਕਾਨਫਰੰਸ ਨੇ ਲੀਡਰ ਘਰ ਕੋ ਨੂੰ ਸੁਣ ਜਿਸ ਨੇ ਵਿੱਚ राजा मुहमद अकबर खान मौलवी अब्दुल्ला सियाखवी आजीब आबुद्दीन गाजी रहमान शेख मोहम्मद याकूब जफर मौर मतलब फजल अहमद जड़ा पाबंद जहर चे रहा है मतलब मोहम्मद यूसुफ और इन लोग ਰੇ ਅੋਰ ਦੇ ਦੂਸਰੇ ਸਾਥੀ ਵੀ ਜੜੇ ਇਧਰ ਆਏ ਕਾਮਰੈਡ ਤਰੋਪ ਚੰਦ ਅચ્છਾ ਕਾਮਰੈਡ ਜੋਤੀ ਪ੍ਰਕਾਸ਼ ਬਾਗੀ ਠੀਕ ਪੰਡਤ ਦੇਵ ਰਾਜ ਵਗਾਰਾ ਇਹਨਾਂ ਨਾਲ ਜੀਨਾਂ ਨਾਲ ਦੋਸਤੀ ਰਹੀ ਹੈ ਬਸ politcal bande ya na koi aur kisumna aur wo yaari yani ਠੀਕ ਠੀਕ ਅੱਛਾ ਕਿਤਨੀ ਬਾਰ ਪੀਓਕੇ ਨੇ ਵੀ ਗੇਓ ਔਰ ਉਥੇ ਲੋਕਾਂ ਨਾਲ ਕੀ ਰਿਤੇ ਅਮਲ ਰਿਹਾ ਤੁਸਾਂ ਦਾ ਮਾਧੁਰਬਾ ਇਹ ਮੈਂ ਪਹਿਲੇ ਤਾਂ ਜਾਣ ਨਹੀਂ ਸੰਦਣਾ ਆਜ਼ਾਦ ਨਹੀਂ ਸੰਦਣਾ ਨਾ ਪਾਸਪੋਰਟ ਮੰਨ ਲਾ ਸੀ ਤਾਂ ਨਾ ਕੁਝ ਮੈਂ ਪਹਿਲੀ ਵਾਰੀ ਉੱਥੇ 2000 ਵਿੱਚ ਗਿਆ ਅੱਛਾ ਇਹ ਅਬਦੁਲ ਰਾਣੀ ਲੋਨ ਸਾਹਿਬ ਨੇ ਲੜਕਾ ਨਹੀਂ ਸ਼ਾਦੀ ਸੇ ਸਜਾਦ ਲੋਨ ਨੇ ਅੱਛਾ ਉਸ ਨਾਲ ਵਿੱਚ ਇਹਨਾਂ ਨਾਲ ਤਾਂ ਆਮਨੁੱਲਾ ਖਾਨ ਨੇ ਲੜਕੇ ਨਾਲ ਆਮਨੁੱਲਾ ਖਾਨ ਨੂੰ ਵੀ ਜਾਣਾ ਸੀ ਤਾਂ ਇਹ ਵੀ ਪਰ ਉਸ ਬਣਾ ਨਾਲ ਮਿਲ ਗਿਆ ਬਾ ਮਤਲਬ ਪਾਸਪੋਰਟ ਦਾ ਪਾਸਪੋਰਟ ਦਾ ਐਜ਼ੀ ਲੈ ਕੇ ਵੀਜ਼ਾ ਨਹੀਂ ਸੀ ਵੀਜ਼ਾ ਮਿਲਿਆ ਮੈਂ ਪਹਿਲੀ ਵਾਰ ਗਿਆ ਉਥੇ ਬਾਅਦ 4-5 ਵਾਰ ਗਿਆ ਠੀਕ ਉਥੇ ਰੱਦੇ ਅਮਲ ਦੋਸਤੋ ਨੇ ਕਿਹਾ ਰੱਦੇ ਅਮਲ ਉਥਾ ਬਹੁਤ ਲੋਕਾਂ ਦਾ ਨਾਮ ਬੜਾ ਰਿਸਪੌਂਸ ਹੈ ਅੱਛਾ ਮਤਲਬ ਉਹ تھا ਨਏ ਲੋਕ ਹੋਣ ਜਿਹੜੇ ਉਹਨਾਂ ਵਿੱਚ ਵੀ ਸਮਝ ਲੋ ਮੀਰ ਪਰ ਜਿਹੜੇ ਸਮਝ ਲੋ ਰਾਜਾ ਮੁਹੰਮਦ ਅਕਬਰ ਖਾਨ ਦਾ ਲੜਕਾ ਖਾਲਦ ਖਾਨ ਜੀ ਜਿਸਨੇ ਡੈਥ ਹੋ ਗਈ अब्दुल खालक अंसारी सारी जड़ा पढ़ने वाला भी साथ साथी जड़ा फाउंडर प्रेसिडेंट ऑफ जे कै जे कैल एफ ना भी फाउंडर थी आई और आ, मारी ना भी के भी जो फाउंडर प्रेसिडेंट थी और उठारह साल जेल में रहा है पाकिस्तान ने जेल में फॉर ए इंडिपेंडेंस ना नजरिया ਕਾਇਮ ਲਖਣੇ ਦੀ ਬੁਢਿਆਦ ਉਪਰ ਉਹਨਾਂ ਨਾਲ ਮੁਲਾਕਾਤ ਹੋਈ ਉਹ ਵਕਲਾਂ ਉਥਾ ਜਿਹੜੇ ਬੜੇ ਦੋਸਤ ਨੇ ਮਰਾ ਮਤਲਬ ਹੈ মনির ਹਾਨ ਹੈ ਆ ਅੱਛਾ ਔਰ ਰਾਜਾ ਅਜ਼ਲ ਫਕਾਰ ਆਇਆ ਇਹ ਬਦਰ ਮਰ ਗਿਆ ਵਿਚਾਰੇ ਕੁਝ ਮਰ ਗਏ ਨੇ ਲਖਣੇ ਉਥਾ ਬੜਾ ਰਿਸਪਾਂਸ ਠੀਕ ਠੀਕ ਔਰ ਅੱਛਾ ਜੰਮੂ ਕਸ਼ਮੀਰ ਨੇ ਵਿੱਚ ਐਨਸੀ ਦੇ ਨਾਲ ਸਾਬਤ ਲਬ ਹੈ ਬਿਦਾਲ ਜਾਵਣਾ 라ਵਣ ਹੁੰਦਾ ਨਾ ਮੈਨੂੰ ਯਾਦ ਪਉਣ ਜਾਣੇ ਨਾ ਮਾੜਾ ਬੰਨ ਨਾ ਯਾਦ ਸੁਣਨਾ ਆਹ ਵਾਹ ਵਾਹ ਮਤਲਬ ਹੈ মনির ਖਾਨ ਹੈ ਇਹ ਇਹ ਚੌਧਰੀ ਫਰਮਾਨ ਅਲੀ ਮਨਿਸਟਰ ਰਿਹਾ ਹੈ ਅੱਛਾ ਕਯਮ ਖਾਨ ਨੇ ਕਾਬਜ਼ ਦੇ ਵਿੱਚ ਬਹੁਤ ਬੜਾ ਰਿਹਾ ਹੈ ਸੁਲਤਾਨ ਮਾਮੂਦ ਜਿਹੜਾ ਵਜ਼ੀਰ ਆਜ਼ਮ ਰਿਆ ਉਤਾਓ ਇਹ ਮਤਲਬ ਹੈ ਇਹ ਮਤਲਬ ਹੈ ਮਲਕ ਅਬਦਲ ਮਜੀਦ ਮਾਰਾ ਮਤਲਬ ਹੈ ਜਿਹੜਾ ਰੈਨ ਕੀਫ ਜਸਟਿਸ ਆਫ ਜੈਨ ਕੇ ਹਾਈ ਕੋਰਟ ਔਰ ਜਿਨ੍ਹਾਂ ਨੇ ਫੈਸਲਾ ਕੀਤਾ ਕਿ ਗਲਗਤ ਇਸ ਦੀ ਪਾਰਟ ਆਫ ਜੰਮੂ ਐਂਡ ਕਸ਼ਮੀਰ ਇਸ ਦਾ ਪਾਰਟ ਆਫ ਪਾਕਿਸਤਾਨ ਉਹ ਉਹਨਾਂ ਦਾ ਲੜਕਾ ਸ਼ੌਕਤ ਮਜੀਦ ਮਾਰਾ ਮਤਲਬ ਹੈ ਉਹ ਇਸੇ ਟ੍ਰੇਨਲ ਦੇ ਬੜੇ ਨੋਬਲ ਔਰ ਮੀਰਪਰੀਆ ਵਿੱਚ ਬੜਾ ਉਨਸੀਅਤ ਆ ਮੀਰਪਰ ਦੇ ਲੋਕ ਇਹ ਹੋੜ ਵੀ ਬੜੇ ਲੋਕ ਚਲੇ ਗਏ ਨਾ ਡੈਮ ਬਣਨੇ ਦੀ وجہ ਨਾਲ ਇੰਗਲੈਂਡ ਅਮਰੀਕਾ ਇੱਥੇ ਹੁਣ ਵੀ ਉਹ ਟੈਲੀਫੋਨ ਵਗੈਰਾ ਕਰਦੇ ਨੇ ਬੜਾ ਲੇਕਿਨ ਬੜਾ ਅਨਦ੍ਰਿਆਤੀ ਤੌਰ ਬਣਵੀ ਬੜੇ ਲੋਕ ਸਾਡੇ ਨਾਲ ਅੱਛਾ ਅੱਛਾ ਠੀਕ ਠੀਕ ਅੱਛਾ ਜੰਮੂ ਕਸ਼ਮੀਰ ਨੇ ਵੀ ਨੈਸ਼ਨਲ ਕਾਨਫਰੰਸ ਹੀ ਛੋੜਿਆ ਤੁਸੀਂ ਕੀ ਆ ਕਦੋਂ ਛੋੜਿਆ ਇਹ ਕਹਿ ਨੈਸ਼ਨਲ ਕਾਨਫਰੰਸ ਵਿੱਚ ਜੀ ਆਸ 1957 ਤੱਕ ਰਹੇ ਅੱਛਾ 1957 ਤੱਕ ਸ਼ੇਖ ਸਾਹਿਬ ਨਾਲ ਰਹੇ ਠੀਕ ਫਿਰ ਸ਼ੇਖ ਸਾਹਿਬ ਨਾਲ ਇਖਤਲਾਫ ਹੋ ਗਿਆ ਤਾਂ ਵੀ ਨੈਸ਼ਨਲ ਕਾਨਫਰੰਸ ਜਿਹੜੇ ਆ ਫਿਰ ਉਸ ਤੋਂ ਬਾਅਦ ਨੈਸ਼ਨਲ ਕਾਨਫਰੰਸ ਵਿੱਚ ਕਰਪਸ਼ਨ ਵੱਧ ਗਈ ਲੋਕਾਂ ਨਾਲ ਬਖਸ਼ੀ ਗੁਲਾਮ ਅਹਿਮਦ ਨੇ ਵੇਲਾ ਰਿਪਰੈਸ਼ਨ ਵੱਧ ਗਿਆ ਕਸ਼ਮੀਰ ਵਿੱਚ ਬੜਾ ਤਾਂ ਉਸ ਨਾਲ ਵਾਸਤਾ ਫਾਈਟ ਕਰਨਾ ਵਾਸਤਾ ਅਸਾਂ ਨੇ ਡੈਮੋਕਰੈਟਿਕ ਨੈਸ਼ਨਲ ਕਾਨਫਰੰਸ ਬਣਾਈ ਠੀਕ ਜਿਸ ਨਾਲ ਵਿੱਚ ਸਾਦਕ ਵੀ ਸੀ ਮੀਰ ਕਾਸਮ ਵੀ ਸੀ ਡੀਪੀ ਧਰ ਵੀ ਸੀ ਗਰਦਾਰੀ ਲਾਲ ਡੋਗਰਾ ਵੀ ਸੀ ਅੱਛਾ ਮਾਰਾ ਮਤਲਬ ਹੈ ਔਰ ਮੋਤੀ ਰਾਮ ਬੈਗੜਾ ਵੀ ਸੀ बड़ा मतलब है सारे सन और उसने उस एकोजिशन डेमोक्रेटिक अपोजिशन पहली बारी रियासत बनी जिसने अच्छा। एक ही मैंबर असैंबली बाद साढ़े कश्मीर ने कोई साथी सर अच्छा इना के मतलब आपोजिशन बच्चे रहने ना नहीं रहा इना कि लालच आ गया ये अच्छा। मुड़ ਨੈਸ਼ਨਲ ਕਾਰਪੋਰੇਸ਼ਨ ਵਿੱਚ ਸ਼ਾਮਲ ਹੋ ਗਏ ਲੇਕਿਨ ਜੰਮੂ ਵਿੱਚ ਅਸਾਂ ਜੜ ਗਿਆ ਡੈਮੋਕ੍ਰੈਟਿਕ ਨੈਸ਼ਨਲ ਕਾਨਫਰੰਸ ਕਾਇਮ ਰੱਖੀ ਔਰ ਕਿਉਂਕਿ ਨਜ਼ਰੀਆਤੀ ਤੌਰ ਪਰ ਸਾੜਾ ਤਲਕ ਸਰਦਾਰ ਬੋਧ ਸਿੰਘ ਬੜੇ ਲੀਡਰ ਸਨ ਨੈਸ਼ਨਲ ਕਾਨਫਰੰਸ ਨੇ ਉਹ ਵੀ ਮੇਰੇ ਨਾਲ ਜੈਲ ਵਿੱਚ ਸੀ ਅੱਛਾ ਇੱਕ ਕਾਮਰਾ ਅਬਦੁੱਲ ਅਜ਼ੀਜ਼ ਸੀ ਉਹ ਵੀ ਮੇਰੇ ਨਾਲ ਜੈਲ ਵਿੱਚ ਜਿਸ ਵਕਤ ਸ਼ੇਖ ਮੁਹੰਮਦ ਅਬਦੁੱਲਾ ਰਜ਼ੀਜ਼ ਹੋਏ ਨਾ ਉਹ ਰিলিজ ਦੀ ਬਾਅਦ ਉਹਨਾਂ ਨੇ ਦਾਰਾਸ਼ਮ ਸਿਸਟਮ ਕਟਣ ਗਿਆ ਸੀ ਲੈ ਕੇ ਸਰਦਾਰ ਪੁੱਤ ਸਿੰਘ ਨੇ ਰিলিজ ਦੀ ਖਬਰ ਜੜੀ ਹੈ ਔਰ ਰিলিজ ਹੋ ਗਏ ਅੱਛਾ ਉਹਦੀੋਂ ਬਾਅਦ ਗੜਬੜ ਹੋ ਗਈ ਬੰਦ ਹੋ ਗਿਆ ਰਸਤਾ ਮੈਂ ਜੇਲ੍ਹ ਵਿੱਚੋਂ ਜੇਲ੍ਹ ਲੜਾਇਆ ਉਹ ਤੋੜਿਆ ਆਜ਼ਾਦ ਕਸ਼ਮੀਰ ਨੇ ਅੱਛਾ ਵਾਲੰਡੇ ਰਾਣੇ ਤਾਂ ਮਤਲਬ ਹੈ ਕਮਿਊਨਲ ਫਜ਼ਾਜ਼ੀ ਬੜੀ ਠੀਕ ਲੇਕਿਨ ਮੇਰੀ ਵਜ੍ਹਾ ਨਾਲ मैं भी तो बाकी भी नान मुसलिम जितने ना। उन्होंने उन्हें कुछ नहीं आया अच्छा। बल्कि मैज में बड़ा मशहूर हाँ मेजर अली अहमद शाह जो बाद मेरे मतलब बैरा बाद में आज़ाद कश्मीर का सदर भी वाला हाँ उसने बड़ी उसने जेल जैसे जे हमें निकाला और मुझे बड़ी कोशिश की कि मैं रहूँगा जूठा रव है ਲੇਕਨ ਕਿਉਂਕਿ ਨੈਸ਼ਨਲ ਕਾਨਫਰੰਸ ਸਮੇਂ ਇਹਨਾਂ ਨੇ ਹਿੰਦੁਸਤਾਨ ਨਾਲ ਲਾ ਕੀਤਾ ਇਸ ਵਾਸਤੇ ਮੈਂ ਇਹ ਤਾਂ ਆਮਨਾ ਦਾ ਉਧਰ ਰਹਿਣਾ ਵੀ ਮੁਸ਼ਕਲ ਸੀ ਫਜ਼ਾ ਕਮਿਊਨਲ ਸੀ ਲੇਕਨ ਮੈਂ ਮੇਜਰ ਅਲੀ ਅਬਨ ਸ਼ਾਹਦਾ ਬੜਾ ਮਸ਼ਹੂਰ ਆ ਇਸ ਬੰਦੇ ਠੀਕ 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 ਅੱਛਾ ਇਹ ਘਰ ਘਰ ਛੋੜਨੇ ਨਹੀਂ ਜਿਹੜੀ ਹੈ ਥੋੜੀ ਤਫਸੀਲ ਦੱਸੋ ਤਫਸੀਲ ਨਾਲ ਹੋਰ ਕਾ ਛੋੜਨੇ ਨਹੀਂ ਵਜਾ ਉੱਤਰ ਰਹਿ ਨਹੀਂ ਜਨ ਸਕਣਾ ਕੋਈ ਠੀਕ ਠੀਕ ਮਤਲਬ ਇਹ ਹੈ ਬੜਾ ਕਮਿਊਨਲ ਮਾਤਮਾਸਫੀਅਰ ਸੀ ਇਹ ਤਾਂ ਵੀ ਅੱਛਾ ਇੱਥੇ ਆ ਵੀ ਜਿਸ ਵੇਲੇ ਆਇਆ ਬੜਾ ਕਮਿਊਨਲ ਸੀ ਠੀਕ ਮਤਲਬ ਹੈ ਇੱਥੇ ਕਤਲੇ ਆਮ ਹੋਇਆ ਮਤਲਬ ਹਮ ਮੁਸਲਮਾਨਾਂ ਨਾਲ ਉਠਾ ਅਗਰ ਹਿੰਦੂ ਨਸੇ ਤਾਂ ਮਾਰੇ ਗਏ ਇੱਥੇ ਮਾਰਾ ਮਤਲਬ ਹੈ ਹਿੰਦੂਆਂ ਨਾਲ ਮੁਸਲਮਾਨਾਂ ਨਾਲ ਮਾਰਾ ਮਤਲਬ ਹੈ ਕਤਲੇ ਆਮ ਹੋਇਆ ਇਥੋਂ ਸ਼ਹਿਰ ਵਿੱਚ ਮਾਰਾ ਮਤਲਬ ਹੈ ਲੋਕਾਂ ਕੀ ਆਖਿਆ ਵਾ ਜਿਹੜਾ ਜਾਣਿਆ ਪਾਕਿਸਤਾਨ ਤੇ ਇੱਥੇ ਜਿਸ ਵੇਲੇ ਗਏ ਰਸਤੇ ਵਿੱਚ ਮਾਰੇ ਬੜੇ ਹਜ਼ਾਰਾਂ ਆਦਮੀ ਮਾਰੇ ਗਏ ਜਿਨ੍ਹਾਂ ਵਿੱਚ ਲੜਕੀਆਂ ਅਗਵਾ ਹੋਈਆਂ ਸਭ ਕੁਝ ਹੋਇਆ ਚੌਧਰੀ ਗਲਾਮਾ ਗਲਾਮਾਬਾਦ ਜਿਹੜਾ ਬੜਾ ਵੱਡਾ ਲੀਡਰ ਸੀ ਮੁਸਲਮ ਕਾਨੂੰਨ ਦਾ ਉਸ ਨੇ ਲੜਕੀ ਜੜੀ ਆ ਉਹ ਵੀ ਅਸਾਂ ਬਾਦ ਅਸਾਂ ਬਰਾਮਦ ਕੀਤੀ ਚੌਥਾ ਪੈਈ ਛੜੀ ਉਸ ਨਾਲ ਵਿੱਚ ਬੜਾ ਕੰਮ ਅਸਾਂ ਕੀਤਾ ਮਾਰਾ ਮਤਲਬ ਹੈ ਇੱਥੇ ਮੁਰਗ ਅਮਨ ਬਾਲ ਕਰਨੇ ਵਿੱਚ ਹੈ ਠੀਕ ਠੀਕ ਹੈ ਬਈ ਸੈਤਰੀ ਕੈਨਾਲ ਰਾਜੋਰੀ ਪੁਨਚ ਦਾ ਏਰੀਆ ਜਿਹੜਾ ਆ ਉਹ ਉਹਨਾਂ ਨੇ ਕਬਜ਼ੇ ਵਿੱਚ ਆਜ਼ਾਦ ਕਸ਼ਮੀਰ ਨੇ ਕਬਜ਼ੇ ਵਿੱਚ ਠੀਕ ਠੀਕ ਮਦਰ ਰਾਜੋਰੀ ਵੀ ਪੁਨਚ ਵੀ ਪਹਿਲੇ ਰਾਜੋਰੀ ਇੰਡੀਅਨ ਆਰਮੀ ਨੇ ਫਤਹ ਕੀਤਾ ਫਿਰ ਪੁਨਚ ਲੈਂਕ ਹੋਇਆ ਪੁਨਚ ਜਿਹੜਾ ਆ ਉਹ ਘਰੇ ਵਿੱਚ ਹੈ ਉਸ ਏਰੀਆ ਵਿੱਚ ਵੀ ਜਿਹੜੇ ਹਿੰਦੂ ਇਥਾ ਆਏ ਸਨ ਉਹ ਜ਼ਖਮ ਖੁਰਦਾ ਸਨ ਠੀਕ ਖਸੂਸੀ ਦੌਰ ਪਰ ਰਾਜੋਰੀ ਨੇ ਇਹ ਫਿਰ ਕਾਦਰ ਨਾ ਮਾਹੌਲ ਸੀ ਆਰਮੀ ਵੀ ਜ਼ਹਿਰ ਆਲੂਦ ਸੀ ਉਸਣਾ ਵਿੱਚ ਅਸਾਂ ਉੱਥੇ ਰਜੋਰੀ ਪੁੰਡ ਜਾ ਕੇ ਤਾਂ ਇਹ ਹਿੰਦੂ ਮੁਸਲਮਾਨਾਂ ਨਾਲ ਬਾਕਾਇਦਾ ਕਾਇਮ ਕੀਤਾ ਇਤਿਹਾਦ ਔਰ ਬਸਾਏ ਮਤਲਬ ਉਸਨੇ ਵਿੱਚ ਜਿਹੜਾ ਸ਼ੈਤਾਨ ਆ ਜੀ ਮੰਨ ਸਣ ਠੀਕ ਠੀਕ ਉਹਨਾਂ ਨੇ ਸਾਡੇ ਖਿਲਾਫ ਸਾਜ਼ਿਸ਼ ਵੀ ਦਿੱਤੀ ਅੱਛਾ ਖੁਦ ਨੈਸ਼ਨਲ ਕਾਨਫਰੰਸ ਨੇ ਅੰਦਰ ਵੀ ਅੱਛਾ ਬਾਕੀ ਗੁਲਾਮ ਅਹਿਮਦ ਵੀ ਸੀ ਅੱਛਾ ਹੋਰ ਵੀ ਸਣ ਇਨਾਂ ਨੇ ਜਿਸ ਵੇਲੇ ਆਸਾਮ ਬਸਾਇਆ ਤੇ ਸ਼ਹਿਰ ਨਾਲ ਜਿਹੜਾ ਮਹਾਜਨ ਸੀ ਤੇ ਜੋਰੀ ਨਾ ਠੀਕ ਜੇ ਉਹ ਇਹਨਾਂ ਨੇ ਇੱਕ ਸਾਜ਼ਿਸ਼ ਬਣਾਈ ਠੀਕ ਸਾਜ਼ਿਸ਼ ਬਣਾਈ ਇੱਕ ਯਟੀ ਬਣਾਈ ਕਮਿਊਨਿਸਟ ਪਾਰਟੀ ਦੀ ਠੀਕ ਬੀਟੀ ਰੰਦੀਬ ਹੈ ਉਸ ਵਕਤ ਜਨਰਲ ਫੈਕਟਰੀਜ਼ ਠੀਕ ਮਾਲਾ ਮਦਰ ਬਾਕ ਤੇ ਸਾਂ ਜੜਾ ਆਰਮਜ਼ ਅਰਮੋਨੇਸ਼ਨ ਭੇਜਿਆ ਆ ਬਾ ਬਾਫਾਜ਼ਤ ਪੁੱਜ ਗਿਆ ਤਾਂ ਹੋਰ ਪੁੱਜੋ ਮਰਵਾਣੇ ਨਹੀਂ ਗੱਲ ਸੀ ਤਾਂ ਅਸੀਂ ਵੀ ਲੈ ਗਏ ਉੱਪਰ ਕਿਲੇ ਵਿੱਚ ਠੀਕ ਰਜੋਰੀ ਬੰਦ ਕਰ ਦਿੱਤਾ ਕੁਆਟਰ ਗਾਰ ਤੇ ਹੁੰਦਾ ਅੱਛਾ ਉਹ ਤਾਂ ਸ਼ਕੀਮ ਸੀਗੇ ਕਿ ਜਿਸ ਤਰ੍ਹਾਂ ਇਹ ਐਨਕਾਊਂਟਰ ਆਪਣਾ ਨਾ ਹੋ ਗਿਆ ਅੱਛਾ ਆਰਮੀ ਲੇਕਨ ਉੱਥੇ ਜਿਹੜਾ ਲੱਗੇ ਸੀ ਮਤਲਬ ਹੈ ਉਹ ਆਪਣਾ ਆਦਮੀ ਸੀ ਸੁਬੇਦਾਰ ਲਖੂ ਰਾਮ ਠੀਕ ਉਸਨੇ ਹੈ ਸੈਟੀ ਸਾਹਿਬ ਰਾਤੀ ਕੁਝ ਵੀ ਉਹ ਬਾਹਰ ਨਾ ਨਿਕਲੇ ਠੀਕ ਠੀਕ ਹੈ ਆਰਮੀ ਨਾਲ ਕੁਆਟਰ ਸੀ ਅਠ ਲੜੀ ਠੀਕ ਜਨਰਲ ਲਾਜੜਾ ਆ ਉਹ ਮਾਰਾ ਮਤਲਬ ਹੈ ਉਹ ਮਤਲਬ ਹੈ ਮੈਨੇ ਨਹੀਂ ਨਿਕਲਿਆ ਲੇਕਿਨ ਉਹ ਸਾਜ਼ਿਸ਼ ਪਗੜੀ ਗਈ ਬਾਦ ਅਦਾ ਮਤਲਬ ਸਾਜ਼ਿਸ਼ ਸਾਬਤ ਹੋ ਗਈ ਜਿਸ ਨੇ ਬੁਨਿਆਦ ਪਰ ਸ਼ੇਖ ਅਬਦੁੱਲਾਹ ਨੇ ਦਰਸਤ ਸੈਂ ਲਿਆ ਮਰਾ ਮਤਲਬ ਹੈ ਜਿਹੜਾ ਮੇਜਰ ਜਨਰਲ ਸੀ ਅਰਬੀ ਨਾ ਇਹ ਵਾਟ ਡਿਮੋਟਡ ਆ ਜ਼ਬਰਗੀਆਂ ਠੀਕ ਜਨਰਲ ਮਿਸਰੀ ਜਨ ਠੀਕ ਠੀਕ ਉਹ ਮਰਾ ਮਤਲਬ ਸੰਗੀ ਸੀ ਉਸ ਸਤੀਫਾ ਦੇ ਜੋੜਿਆ ਅੱਛਾ ਸੇਵਲ ਆਰਮਨ ਸਟ੍ਰੈਟ ਦੇ ਬਰਗਦੀਰੂ ਦਾ ਜਨ ਮਤਲਬ ਹੈ ਇਹ ਬਾਦ ਰਿਮੂਵਡ ਪ੍ਰੀ ਮੈਚ اور ਰਟਾਇਰ ਕੀਤਾ ਗਿਆ ਔਰ ਜੜਾ ਇੰਡੀਆ ਨਾ ਇੰਟੈਲੀਜਰਟਸ ਜੀ ਤਾਸੀ ਉਸਕੇ ਸ਼ੇਖ ਸਾਹਿਬ ਨੇ ਬਾਹਰ ਕੀਤਾ ਠੀਕ ਔਰ ਮਰਾ ਮਤਲਬ ਹੈ ਇਸ ਨਾਲ ਵਿੱਚ अह uh, जड़ा जेट सीआईडी ने आहा बात चिट्ठी पकड़ी है है ही वाज डिस्मिसड अच्छा uh, फ्रॉम दी सर्विस अच्छा और फेर उठो आवन ने समझाने अच्छा अच्छा सारा भाई कागज ने से जनरल सेक्रेटरी ठीक तो एक जनरल बहुत अच्छा सी uh, जनरल यदुनाथ सिंह यदुनाथ सिंह मतलब जो जड़ा चीफ जस्टिस आनंदनाथ सोसर सी ਅੱਛਾ ਇਹਨਾਂ ਕੀ ਸ਼ੇਖ ਸਾਹਿਬ ਨੇ ਫਿਰ ਜਦ ਉਹਦਾ ਬੁਲਾਇਆ ਤਾਂ ਸਿਤਾ ਹੈ ਤੇ ਦਾ ਮਾਰਗਤ ਲਿਆਦਾ ਉੱਠਾ ਰਜੋਰੀ ਪੁੰਚ ਵੀ ਉਸ ਜ਼ਮਾਨੇ ਵਿੱਚ ਅਸਾਂ ਨੇ ਆਮਨ ਕਾਇਮ ਕਰਨੇ ਵਿੱਚ ਲੋਕਾਂ ਨੇ ਬਸਾਣੇ ਵਿੱਚ ਬੜਾ ਕੰਮ ਕੀਤਾ ਕਿਉਂਕਿ ਆਦਮੀ ਇਨਫੈਕਟਡ ਸੀ ਬਿਲਕੁਲ ਬਿਲਕੁਲ ਬਹੁਤ ਮੁਤਾਸਰ ਹੋ ਗਿਆ ਠੀਕ 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 ਅੱਛਾ ਇੱਕ ਹੋਰ ਸਵਾਲ ਕਿ ਅੱਜ ਨੇ ਜਿਹੜੇ ਹਾਲਾਤ ਨ ਇਸ ਵਰ ਇਹ ਜਿਹੜੇ ਅੱਜ ਨੇ ਅੱਜ ਕੱਲ ਨੇ ਜਿਹੜੇ ਸੁਣਾਇਆ ਹੋਇਆ ਹੈ ਇਸ ਹੱਦ ਤੱਕ ਹੋ ਗਿਆ ਇਖਤਲਾਫਾਂ ਕਿ ਮਤਲਬ ਸਾਧਕ ਜਿਹੜਾ ਸਾਡੇ ਨਾਲ ਸੀ ਅੱਛਾ ਉਸ ਨਾਲ ਵੈਲਾ ਵੀ ਇੰਡੀਆ ਇਸ ਇਸ ਬੁਨਿਆਦ ਉੱਪਰ ਕਿ ਇੰਡੀਆ ਔਰ ਚਾਈਨਾ ਨੇ ਤਲਕਾਤ ਲੜਾਈ ਨਹੀਂ ਹੋਣੀ ਚਾਹੀਦੀ ਬਿਹਤਰ ਹੋਣਾ ਚਾਹੀਦੀ ਇੰਡੀਆ ਔਰ ਪਾਕਿਸਤਾਨ ਨੇ ਤਲਕਾਤ ਬਿਹਤਰ ਹੋਣਾ ਚਾਹੀਦੀ ਉਹਨਾਂ ਸਾਧਕ ਨੇ ਆਪਣੇ ਲਾਇਲਟੀ ਸਾਬਤ ਕਰਨੇ ਵਾਸਤੇ ਗਵਰਨਮੈਂਟ ਆਫ ਇੰਡੀਆ ਗਈ 2 ਸਾਲ ਵਾਸਤੇ ਅਸਾਂ ਕਿ ਸਲਾਮ ਦੀ ਕਾਨੂੰਨ ਦਾ ਜਲ ਵਿੱਚ ਰੱਖਿਆ ਅੱਛਾ ਯਾਨੀ ਮਹਾਰਾਜੇ ਨਾਲ علاوہ ਇਸ ਦੌਰ ਵਿੱਚ ਵੀ ਹਜਨ ਚ ਹਾਂ ਨੇ ਫਿਰ ਕਿ ਟ ਹੈ ਜਿਟੇਸ਼ਨ ਹੋਈ ਮਤਲਬ ਐਮਪਲਾਈਜ਼ ਦੀ ਨੂੰਸਣੇ ਵਿੱਚ ਬੜੀ ਬਾੜੀ ਵੱਡੀ ਐ ਜਿਟੇਸ਼ਨ ਹੋਈ 1968 ਵਿੱਚ ਠੀਕ ਹਾਂ ਬਿਲਕੁਲ ਬੰਦ ਹੋ ਗਿਆ ਸਾਰਾ ਗੁੱਟ ਅੱਛਾ ਹੁਸਨਾ ਵਿੱਚ ਜਾਸ ਸਾੜੇ ਵੀ ਬਰਾਦਰ ਦੇਖ ਲੈ ਡੋ ਪੈਡੇ ਹੋਰ ਵੀ ਅਬਦਲ ਮਜੀਦ ਖਾਣ ਵਗੈਰਾ ਇਹ ਵੀ ਸਾਰੇ ਇਨਾਂ ਡਿਸਮਿਸ ਹੋਏ ਜਿਹੜੇ 18 ਵਜੇ ਇਹ ਬਤਲਬਾ ਡਿਸਮਿਸ ਰੈਡ ਜੱਲਾਜ ਵੀ ਲੈ ਹੁਸਨਾ ਵਿੱਚ ਅਸਾਂਗੇ ਅੰਡਰਗਰਾਉਂਡ ਹੋਣਾ ਪਿਆ ਠੀਕ ਫਿਰ ਹੁਸਨਾ ਨਾਲ ਥੋੜਾ ਤਲਕ ਜੜਾ ਹੈ ਨਕਸਲਾਈਟ ਮੂਵਮੈਂਟ ਨਾਲ ਜੁੜ ਗਿਆ ਤਾਂ ਲਿਆਦਾ ਅਸਾਂ ਕਿ 8 ਸਾਲ जे अंडरग्राउंड यानी मजबूरी तौर पर मैं छः साल जेल च जे रहा है तो अट्ठ साल अंडरग्राउंड अच्छा, हाँ। और उसके बाद असाने ये असेंबली चुके असं समझा कि पार्लियामेंटरी पाथ जड़ा है रस्ता जड़ा है ए पाथ रूलिंग कलास ना ही पाथ है इस कोई भला नहीं हो सकना ਮਾਰਾ ਮਤਲਬ ਹੈ ਇਹ ਜਦੋਂ ਜਦ ਨਦਰੀ ਹੈ ਇਨਕਲਾਬ ਹੋ ਨਿਕਲਾਬੀ ਜਦੋਂ ਜੈਦ ਨਦਰੀ ਆਈ ਕੋਈ ਬਿਹਤਰੀ ਆ ਸਕਣੀ ਹੈ ਪਾਰਲੀਮੈਂਟ ਦੇ ਪਾਸ ਛੋੜ ਦਿੱਤਾ ਸਾਲ ਕੋਈ ਅਲੱਗ ਕਨਲ ਕਨਲ ਨੇ ਜਿਹੜਾ ਪੋਲਿਟਿਕਸ ਨਾ ਇੱਥੇ ਤੋਂ ਲੋਕ ਹੀ ਸੁਣੇ ਪੋਲਿਟਿਕਸ ਨਾ ਮਤਲਬ ਅਲੱਗ ਕਹਿਣਾ ਅਲੱਗ ਕਹਿ ਜੋ ਕੁਝ ਹੈ ਇੱਥੇ ਚੋਰ ਡਾਕੂ ਸਭ ਜਿਤਨੇ ਨੇ ਉਹ ਮੈਂਬਰ ਅਸੈਂਬਲੀ ਬਾ ਬਦਰਾ ਬੰਨ ਨੇ ਪੈਸੇ ਲਖੇ ਦਾ ਅੱਛਾ ਇਸ ਨੇ ਮੈਂ ਦੇਖਿਆ ਹੋਰ ਦੀ ਉਹ ਸਕਣਾ ਫਾਰਾ ਬਾਲਡੈਕਸ ਦਾ ਬੁਲੂchna ਦੀ ਬਾਲਡੈਕਸ ਹੈ ਆ ਸਮਝਣਿਆ ਕਿ ਇਸ ਮੁਲਕ ਵਿੱਚ ਜਿੱਤੇ ਦੇ ਗ੍ਰੈਵੇਨੇਸ਼ਨ ਨਹੀਂ ਆਉਣਾ ਔਰ ਹਿੰਦੁਸਤਾਨ ਵਿੱਚ ਤਰਿਆ ਤਬਕਾ ਨਾਲ ਤਬਕਾਤੀ ਤੌਰ ਬਰਵਾਜ ਹੈ ਜੀ ਇੰਪੀਰੀਲਿਜ਼ਮ ਨਾ ਸਾਮਰਾਜ ਨਾ ਠੀਕ ਅ ਗਮਾਇਕਤਾ سرمایہਦਾਰੀ ਨਾ ਅੱਛਾ ਕਿਉਂਕਿ ਇਹ سرمایہਦਾਰੀ ਤਾਂ ਆਜ਼ਾਦ سرمایہਦਾਰੀ ਨਹੀਂ ਅੱਛਾ ਹਾਂ ਇਹ ਢਲੇਡੂ ਪਿਛਲਾਗੂ سرمایہਦਾਰੀ ਹੈ ਅੱਛਾ ਸਾਮਰਾਜਨੀ ਤਾਂ ਲੈਂਡਲਾਰਡ ਇਹ ਤਾਂ ਅਗਰੀ ਗੱਲ ਹੈ ریاست ਜੰਮੂ ਕਸ਼ਮੀਰ ਵਿੱਚ ਲੈਂਡਲਾਰਡ ਲਾਜ਼ਮ ਜਲਾਸ ਨੈਸ਼ਨਲ ਕਾਟ ਰਨ ਤੋਂ ਅੱਛਾ ਉਸ ਵੇਲੇ ਲੈਂਡਲਾਰਡਿਜ਼ਮ ਦਾ ਸ਼ੌਕਾਰਾ ਸਿਸਟਮ ਜਿਹੜਾ ਖਤਮ ਕੀਤਾ ਲੈਕਨ ਹਿੰਦੁਸਤਾਨ ਵਿੱਚ ਅੱਜ ਵੀ ਆਇਆ ਇਨ੍ਹਾਂ ਅਸਲ ਵਿੱਚ ਚਾਹੇ ਪਾਰਲੀਮੈਂਟ ਵਿੱਚ ਭਾਜਪਾ ਹੀ ਹੋਵੇ ਜੀ ਚਾਹੇ ਕਾਂਗਰਸ ਹੋਵੇ ਚਾਹੇ ਕੋਈ ਹੋਵੇ ਠੀਕ ਇਹ ਜੜਾਇਆ ਇਹ ਪਾਰਟੀਆਂ ਇਨਾਂ ਤਰ੍ਹਾਂ ਤਬ ਕਹਿੰਦੀਆਂ ਦਬਾਏਂਦਾਂ ਅੱਛਾ ਇੰਬੀਰਲਿਜ਼ਮ ਨਹੀਂ ਗਬਾਸ਼ਤਾ ਸਰਮਾਇਦਾਰ ਨੇ ਕਾਉਂਪਰੇਟਰ ਬੋਰਜਵਾਦੀ ਜਿਸ ਕੀ ਆਜ਼ਾਦ ਨੇ ਠੀਕ ਔਰ ਲੈਂਡਲਿਜ਼ਮ ਨਹੀਂ ਸਾਬੋਦਾਨੀ ਦਬਾਏਂ ਲੋਕਾਂ ਨਹੀਂ ਕੋਈ ਇਹ ਹੀ ਵਜ੍ਹਾ ਕਿ ਪਿਛਲੇ 70 ਸਾਲ ਵਿੱਚ ਬੁਨਿਆਦੀ ਬਾਲਿਸ਼ੀਆਂ ਵਿੱਚ ਕੋਈ ਫਰਕ ਹਿੰਦਿਆ ਨੇਪਾਲਾ ਦੇ ਕਿ ਜ ਨਹੀਂ ਆਇਆ ਇਤਿਹਾਸੀ ਉਹ ਦਿਨ ਬਾਅਦ ਸਾੜੇ ਦੀ ਬਾਅਦ ਜਿਹੜਾ ਆਸਾ ਨੈਸ਼ਨਲ ਕਾਨਫਰੰਸ ਉਹ ਲਾ ਤਬਦੀਲੀ ਆਈ ਮਤਲਬ ਹੈ ਅਸਾਂ ਅਹਿਰਦਰੀ ਰੂਲਰਸ਼ਿਪ ਖਤਮ ਕੀਤੀ ਮਹਾਰਾਜਾ ਨੇ ਰਾਜ ਖਤਮ ਕੀਤਾ ਠੀਕ ਸ਼ਾਹੂਕਾਰਾ ਸਿਸਟਮ ਖਤਮ ਕੀਤਾ ਲੈਂਡ ਲਾਰਡਿਜ਼ਮ ਖਤਮ ਕੀਤਾ ਕਾਰਬਗਾਰ ਖਤਮ ਕੀਤੀ ਲੇਕਿਨ ਉਹਨੀਆਂ ਬਾਅਦ ਇਥੇ ਬਾਡੀਆਂ ਜੜੀਆਂ ਇਹ ਸਾਰੀਆਂ हिंदुस्तान नहीं उन्होंने पार्टियाँ ने हिस्सा बन गई हैं जड़ जड़िया बरकज में हैं ठेक, ठेक। इस वास्त है समझने कि इन पार्टिया ने जरिए कोई फर्क नहीं पहले जी इतनल कॉन्फ्रेंस बड़ी कमजोर थी अच्छा से इतना मतलब है ज्यादा मुस्लिम कॉन्फ्रेंस और हिंदू महासभा सुन अच्छा हिंदू महासभा ने लीडर ਤੇ ਪਰੇਮ ਦਾ ਡੋਗਰਾ ਜੀ ਮਹਿੰਗੀ ਔਰ ਇਹ ਜੋਤੀ ਰਾਮ ਕ੍ਰਿਸ਼ਨ ਵਗੈਰਾ ਠੀਕ ਮੁਸਲਮ ਕਾਨਫਰੰਸ ਦਾ ਲੀਡਰ ਜਿਹੜੇ ਨੈਸ਼ਨਲ ਕਾਨਫਰੰਸ ਵਿੱਚ ਸ਼ਾਮਲ ਹੋਏ ਜਿਹੜਾ ਨੈਸ਼ਨਲ ਕਾਨਫਰੰਸ ਬਣੀ 1938 ਉਹ ਰਵਾਚਾ ਲੋਕ ਸੁਣ ਬੜੇ ਚੌਧਰੀ ਗੁਲਾਮ ਆਬਾਦ ਅਲਾ ਰਖਾ ਸਾਗਰ ਔਰ ਇਹ ਸਾਰੇ ਜਿਹੜੇ ਆਏ ਸੁਣ ਜੀ ਜੀ ਮਤਲਬ ਹੈ ਮੌਲਵੀ ਮਮਨ ਸਹਿਨ ਮਾਰਾ ਮਤਲਬ ਹੈ ਚੌਧਰੀ ਅਮੀਰੁੱਲਾ ਇਹ ਲੀਡਰ ਸਨ ਮੁਸਲਮ لیگ ਨੇ ਇਹ ਉਰਦੂ ਬਾਜ਼ਾਰ ਨਾਲ ਦੋਹਾਂ ਦੇ ਹੈ ਇਹ ਇਹ ਸਿਆਸਤ ਦਾ ਗੜ ਜੜਾ ਆ ਮੁਸਲਮ ਸਿਆਸਤ ਦਾ ਉਹ ਮਤਲਬ ਹੈ ਇਹ ਹੀ ਸੀ ਚੌਧਰੀ ਕਲਾਮਾਬਾਦ ਇਹਨਾਂ ਨਾਲ ਮੈਂ ਜੇ ਜੇਲ੍ਹ ਵਿੱਚ ਕੁਝ ਕਸ਼ਮੀਰ ਚਾ ਤਾਂ ਉਸ ਵਲਾ ਇਹਨਾਂ ਨਾਲ ਜੇਲ੍ਹ ਵਿੱਚ ਵੀ ਰਿਹਾ ਕਠੂਆ ਜੇ ਜੋ और मेरी दोस्ती थी बड़ी चौधरी गुलाम जी जी रखा के जम्मू में क्या फर्क, नहीं हो फर्क आज नहीं बड़ा, ने? बड़ा फर्क है जमीन आसमान अच्छा। ना बड़ा फर्क है मतलब जम्मू और रहा ही नहीं अच्छा। मतलब जम्मू तीह हज़ार नहीं आबादी थी ठीक पैंती चालीस हज़ार नहीं आबादी थी आज मतलब है लाख लखनी आबादी है सारे लोग इतना ਮੋਟੇ ਲੈਵਕਿਸ ਆਮਨੇ ਇਹ ਲੋਗਨ ਔਰ ਪਾਲਟਿਕਸ ਦੇ ਵਿੱਚ ਬੜਾ ਆ ਫਰਕ ਪੈਦਾ ਹੋ ਗਏ ਠੀਕ ਠੀਕ ਅੱਛਾ ਸਿਟੀ ਸਰਵੇ ਦੋਸਤੋ ਜੰਮੂ ਕਸ਼ਮੀਰ ਨੇ ਵਿੱਚ ਅਜ ਤੱਕ ਕੜੀ ਹਕੂਮਤ ਜੜੀ ਹੈ ਤੁਸਾਂ ਦੀ ਨਜ਼ਰ ਨੇ ਵਿੱਚ ਸਹੀ ਰਹੀ ਸੰਤਾਲੇ ਦੀ ਬਾਦ ਜੀ 54 54 ਤੱਕ ਅੱਛਾ जिस बेल्ले इतई असला बिना मुआवजा और कर्ज़े मतलब डेवड़ी ने अद, अद, अदाय की थी बाद कह नानी जानी इतना सूरत है सी कि ज़रा आबादी ना बड़ा हिस्सा एक आरिजन जिन्हें क्या दलत जी। ਸ਼ਹਿਰ ਜਿਉਂ ਨਾ ਬੜੀ ਹਾਲਤ ਸਾਰੇ ਸਵੇਰ ਜੀ ਬੜੀ ਬੁਰੀ ਹਾਲਤ ਸੀ ਅੱਛਾ ਮਾਰਾ ਮਤਲਬ ਹੈ ਖੂਹਾਂ ਪਰ ਪਾਣੀ ਨਹੀਂ ਸਰਪੰਦ ਦਿੰਦਾ ਠੀਕ ਇਹ ਤਾਂ ਸ਼ਹਿਰ ਚ ਦਾਖਲ ਹੋਣਾ ਸੁਣ ਤੇ ਸਰਰ ਫੰਗਲਾ ਮੁਰਗਾ ਨਾ ਫੰਗਲਾ ਆ ਕੇ ਦਾਖਲ ਹੋਣੇ ਤੁਮ ਅੱਛਾ ਜਿੰਨਾ ਨਹੀਂ ਆਬਾਦੀ ਜੰਮੂ ਪਰਾਵਨਸ ਵਿੱਚ 1/3 ਅੱਛਾ 3/3 ਆਬਾਦੀ ਹੈ ਜ਼ਮੀਨਾਂ ਜੜੀਆਂ ਨਾ ਔਰ ਲੈਂਡਲੈਂਡ ਮਾਲਕ ਤੁਮ ਠੀਕ ਯਾਨੀ ਪੈਦਾਵਾਰ ਜਿਹੜੀ ਹੈ ਉਸ ਨਾਲ ਇੱਕ ਵਟਾ ਤਰੇ ਹਿੱਸਾ ਜੜਾ ਆ ਉਹ ਮਜ਼ਾਰਿਆ ਕੇ ਦੇਣਾ ਹੈ ਸੁਣਾ ਤਾਂ ਤਰੇ ਵਟਾ ਚਾਰ ਹਿੱਸਾ ਜੜਾ ਆ ਉਹ ਮਾਲਕ ਲੈ ਜਾਣਾ ਸੀ ਇਹ ਜਿਲਾ ਖਤਮ ਹੋਇਆ ਇੱਕ ਅੱਛਾ ਦੌਰ ਜੀ ਜੀ ਕਰਜ਼ੇ ਮਾਰਾ ਮਤ ਬੈਂਕ ਉਠਾ ਲਵਾਣੇ ਸੁਣ ਆਪਣੇ ਪਰਨੋਟਾਂ ਉੱਪਰ ਅੱਛਾ ਸ਼ਾਦ ਸ਼ਾਦ ਤਾਂ ਇਹਨਾਂ ਨਹੀਂ ਆਪਣੀਆਂ ਹੋਣੀਆਂ ਸੁਣ ਅੱਛਾ ਗਵਾ ਆਪਣੇ ਹੋਣੇ ਸੁਣ ਅੱਛਾ ਕਤਬ ਆਪਣੇ ਆਉਣੇ ਸੁਣ ਉਹ ਲੈ ਲੈਣੇ ਇਹ ਖਤਮ ਹੋਇਆ ਇੱਕ ਅਚੀ ਨਵ ਦੋਰ ਠੀਕ ਜਿਹੜਾ ਮਤਲਬ ਕਾਰ ਬਗਾਰ ਸੀ ਉਹ ਖਤਮ ਹੋਈ ਇਹ ਅਚਾ ਦੋਰ ਅੱਛਾ ਉਸਦੀ ਬਾਦ ਐਕਸਪਲੇਟੇਸ਼ਨ ਨਾ ਨਵਾਂ ਸਿਲਸਿਲਾ ਸ਼ੁਰੂ ਹੋ ਗਿਆ ਠੀਕ ਹੈ ਜਿਹੜਾ ਮਤਲਬ ਇਹ ਇਹ ਦੋ ਦਸਾਲ ਵਿੱਚ ਬੜੀ ਰੈਜ਼ਿਸਟੈਂਸ ਮਜ਼ਾ ਮੈਂ ਤੋਈ ਇਹ ਕਰਨੇ ਵਿੱਚ ਅਸਾਂਗੇ ਹੈ ਉਸ ਤੋਂ ਬਾਅਦ ਨੈਸ਼ਨਲ ਕਾਨਫਰੰਸ ਖੁਦ ਵੀ ਤਾਂ ਹੁਕਮਰਾਨ ਵੀ ਜੜੇ ਨੇ ਉਹ ਮਰਮਤ ਬ ਖੁਦ ਕਰਪਸ਼ਨ ਵਿੱਚ ਨਵਾਲ ਹੋ ਗਏ ਸਾਰੇ ਜਿਸ ਵੇਲੇ ਆਜ਼ਾਦ ਨੂੰ ਆਜ਼ਾਦ ਛੋੜ ਦਿੱਤਾ ਯਾਨੀ ਉਹ ਇਤਰਾ ਸਾਲ ਬਿਹਤਰ ਬਿਹਤਰੀਨ ਸਾਲ ਮੈਂ ਸਮਝਣਾ ਪਰ ਜਿਸ ਆਮਨ ਦੀ ਬਾਤ ਜੜੇ ਹੋਏ ਮੇਰੇ ਨਾਲ ਅੱਛਾ ਐਂ ਉਸ ਵੇਲੇ ਉਸ ਤੋਂ ਬਾਅਦ ਇੰਨਾ ਪੰਜਾਂ ਕੋਮਿਕਤਾ ਨੇ ਨਾਲੇ ਵੀ ਗੱਲ ਕਰਨੇ ਚਾਹੀਦੀ ਹੈ ਤਾਂ ਕੋਈ ਸਹੀ ਹੱਲ ਨਿਕਲ ਸਕਦਾ ਹੈ ਸਿਰਫ ਕਲਾਅ ਔਰ ਮੈਜਰ ਜਿਹੜਾ ਇਹ ਹੈ ਵਾ ਅਗਲ ਗੌਰਮੈਂਟ ਆਫ ਇੰਡੀਆ ਸਮਝਣੀ ਹੈ ਬੰਦੂਕ ਨੇ ਜ਼ੋਰ ਨਾਲ ਇੱਥੇ ਤਾਰੀਖ ਖਤਮ ਹੋ ਜਾਉ ਉਹ ਵੀ ਗਲਤ ਹੈ ਅੱਛਾ ਜਿਹੜਾ ਇਹ ਸ਼ੁਰੂ ਥੀ 1999 ਸ਼ੁਰੂ ਹੋਇਆ ਦਾ ਸਹਾਇ ਗਲਤ ਹੈ ਗਲਤ ਹੈ ਇਹ ਮਿਲਿਟੈਂਟ ਹੈ ਸਮਝਣੇ ਵਾਹ ਬੰਦੂਕ ਨੇ ਜ਼ੋਰ ਨਾਲ ਕੋਈ ਉਹ ਹੱਲ ਕਰ ਸਕਣਾ ਉਹ ਵੀ ਕੁਝ ਨਹੀਂ ਹੋ ਸਕੀ ਇੱਥੇ ਨੈਗੋਸ਼ੀਏਟਡ ਸੈਟਲਮੈਂਟ ਜੜਾਇਆ ਮਤਲਬ 22 ਬਾਤ ਜੇ ਤੇ ਬਾਜਿਤ ਬਿੰਦੋਸਤਾਨ اور ਪਾਕਿਸਤਾਨ ਦੇ درمیان ਵਿੱਚ اور ਬਾਜਿਤ ਇਥਾਨੀ ਪੰਆ ਕਮਿਟੀ ਨੇ ਨਮਾਇੰਦਾ ਨੇ درمیان ਵਿੱਚ ਕੋਈ ਹੱਲ ਸਹੀ ਹੱਲ ਨਿਕਲ ਸਕਣਾ ਉਹ ਜੀ 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 ਸੁਣਾ ਬਹੁਤ ਨਾ ਨਾ ਅਰੇ ਕੋਈ ਯਾਰ ਘਾ ਹੁੰਦਾ ਵਾ ਵਾ ਤੰਗੀ ਸੋ ਜੋ ਤੰਗੀ ਚਾ ਕਰ ਬੜਾ ਭਜਾਲ ਰਮਾਲਾ ਹੈ ਆਮੀਓ ਆਮੀ ਦੇ ਅੱਨਾ ਆਮੀ ਉਹ ਮੈਨੂੰ ਦਾਲਾ ਸੱਜਣ ਬੜਾ ਦਾ ਨਾਮ ਨਾ ਨਹੀਂ ਸਖ ਬਨੁਗਾ ਯਾਰਾ ਹੈ ਰੋਣਾ ਆਇਆ ਕਿ ਮੈਂ ਇੱਕ ਵਾਰ ਬੜੀ ਲੰਮੀ ਕਹਾਣੀ ਐ ਇਸ ਕੇ ਵਿਚਰੀ ਗੋਗੇ ਬੈਠੇ ਰਹੀਓ ਥਾਈ ਤੇ ਚੰਗੇ ਬੜੇ ਨ ਰੋਈ ਮਾਰਨ ਵਾਲੇ ਮੋਏ ਮਾਮਨ ਉਹਦੇ ਤਰਫ ਨਹੀਂ ਹੋਈ ਸ਼ੁਕਰੀਆ ਨਾਜ਼ਰੀਨ ਐਸਨ ਇੱਕ ਤਾਰੀਖ ਸਾਜ਼ ਸ਼ਖਸੀਅਤ ਜਨਾਬ ਕ੍ਰਿਸ਼ਨ ਦੇਵ ਸੇਠੀ ਸਾਹਿਬ ਇਹਨਾਂ ਨਾਲ ਅੱਜ ਕੁਝ ਕੁਝ ਗੱਲਾਂ ਸਾਂਝੀਆਂ ਕੀਤੀਆਂ ਉਮੀਦ ਹੈ ਤੁਸੀਂ ਪਸੰਦ ਆਈਆਂ ਹੋਸਨ ਇਸ ਨਾਲ ਹੀ ਮੀ ਅਲਤਾਫ ਹੁਸੈਨ ਜਜੂਆ ਔਰ ਮਾੜੀ ਪੂਰੀ ਟੀਮ ਇਦਿਓ ਇਜਾਜ਼ਤ ਅੱਲਾ ਦੇ